ਹੁਸ਼ਿਆਰਪੁਰ ਤੋਂ ਰਿਟਾਇਰ ਹੋਏ ਨੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਡਾਕਟਰ ਲਖਵੀਰ ਸਿੰਘ, ਉਹਨੇ ਕਾਂਗਰਸ ਜੁਆਇਨ ਕਰੀ, ਜ਼ੋਰਦਾਰ ਤਾੜੀਆਂ ਦੇ ਨਾਲ ਆਪਾਂ ਇਹਨਾਂ ਦਾ ਕਾਂਗਰਸ ਦੇ ਵਿੱਚ ਵੈਲਕਮ ਕਰਦੇ ਹਾਂ। ਬਹੁਤ ਬਹੁਤ ਇਹਨਾਂ ਦਾ ਸੁਬਹ ਹੁਣ ਬੜੇ ਅਦਬ ਤੇ ਬੜੇ ਸਤਿਕਾਰ ਦੇ ਨਾਲ ਸਾਰੇ ਸਾਥੀਆਂ ਇੰਡੀਅਨ ਨੈਸ਼ਨਲ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ। ਸੋ ਸਾਡੇ ਕਾਂਗਰਸ ਦੇ ਵਿੱਚ ਡਾਕਟਰ ਲਖਵੀਰ ਸਿੰਘ ਜੀ ਨੂੰ ਜੀ ਆਇਆਂ ਵੈਲਕਮ ਸਵਾਗਤ ਸਾਡਾ। ਮੈਂ ਹੁਣ ਬੜੇ ਅਦਬ ਤੇ ਬੜੇ ਸਤਿਕਾਰ ਦੇ ਨਾਲ ਬੜੀ ਨਮਰਤਾ ਸਹਿਤ ਬੇਨਤੀ ਕਰਾਂਗਾ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਧਿਅਕਸ਼ ਔਰ ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਸਾਹਿਬ ਹੁਸ਼ਿਆਰਪੁਰ ਤੋਂ ਰਿਟਾਇਰ ਹੋਏ ਨੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਡਾਕਟਰ ਲਖਵੀਰ ਸਿੰਘ, ਉਹਨੇ ਕਾਂਗਰਸ ਜੁਆਇਨ ਕਰੀ, ਜ਼ੋਰਦਾਰ ਤਾੜੀਆਂ ਦੇ ਨਾਲ ਆਪਾਂ ਇਹਨਾਂ ਦਾ ਕਾਂਗਰਸ ਦੇ ਵਿੱਚ ਵੈਲਕਮ ਕਰਦੇ ਹਾਂ। ਬਹੁਤ ਬਹੁਤ ਇਹਨਾਂ ਦਾ ਸੁਬਹ ਹੁਣ ਬੜੇ ਅਦਬ ਤੇ ਬੜੇ ਸਤਿਕਾਰ ਦੇ ਨਾਲ ਸਾਰੇ ਸਾਥੀਆਂ ਇੰਡੀਅਨ ਨੈਸ਼ਨਲ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ। ਸੋ ਸਾਡੇ ਕਾਂਗਰਸ ਦੇ ਵਿੱਚ ਡਾਕਟਰ ਲਖਵੀਰ ਸਿੰਘ ਜੀ ਨੂੰ ਜੀ ਆਇਆਂ ਵੈਲਕਮ ਸਵਾਗਤ ਸਾਡਾ। ਮੈਂ ਹੁਣ ਬੜੇ ਅਦਬ ਤੇ ਬੜੇ ਸਤਿਕਾਰ ਦੇ ਨਾਲ ਬੜੀ ਨਮਰਤਾ ਸਹਿਤ ਬੇਨਤੀ ਕਰਾਂਗਾ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਧਿਅਕਸ਼ ਔਰ ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਹੁਣੇ ਹੁਣੇ ਕਾਂਗਰਸ ਪਾਰਟੀ ਚ ਸ਼ਾਮਲ ਹੋਏ, ਇਹ ਡਿਸਟ੍ਰਿਕਟ ਹੈਲਥ ਆਫਿਸਰ ਰਹੇ ਹੈ ਕਾਫੀ, ਅਗਰ ਇਹਨਾਂ ਦੀਆਂ ਵੀਡੀਓਜ਼ ਦੇਖੋਗੇ ਇੱਕ ਬਹੁਤ ਇਮਾਨਦਾਰ ਆਫਿਸਰ ਰਹੇ ਜਿਨ੍ਹਾਂ ਨੇ ਲੋਕਾਂ ਦੇ ਵਾਸਤੇ ਬੜਾ ਕੰਮ ਕੀਤਾ। ਅੱਜ ਸਾਡੀ ਪਾਰਟੀ ਚ ਸ਼ਾਮਲ ਹੋਏ ਹੈ, ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਔਰ ਇਹਨਾਂ ਦਾ ਧੰਨਵਾਦ ਕਰਦਾ। ਸਾਡੇ ਡਿਪਟੀ ਮੇਅਰ ਸਾਹਿਬ ਕਮਲ, ਸਾਡੇ ਇੰਗਲੈਂਡ ਤੋਂ ਪਰਮਜੀਤ ਜੀ, ਕਬੱਡੀ ਸਾਹਿਬ,